ਨਾਮ ਲਓਗੇ ਫਿਰ ਸ਼ੇਰ ਪੜਨਾ ਹੈ ਨਾ ਮਤਲਬ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਰਾਈਟਰ ਸਾਹਿਬ ਜਗਦੀਪ ਵੜਿੰਗ ਅਕਸਰ ਤੁਹਾਡੀਆਂ ਸਟੋਰੀਆਂ ਪਾਈ ਜਾਂਦੀ ਅੱਜ ਅਸੀਂ ਅੱਜ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਵੀ ਇਹ ਉਹ ਹੈਲਦੀ ਕੰਪੀਟੀਸ਼ਨ ਸੀ ਤੁਸੀਂ ਉਹ ਸ਼ਾਇਰੀ ਕੰਪਲੀਟ ਕਰਨੀ ਸੀ ਅਤੇ ਅਸੀਂ ਅੱਜ ਫਾਈਨਲੀ ਵਿਨਰਸ ਸਿਲੈਕਟ ਕਰ ਲਏ ਬਹੁਤ ਜ਼ੋਰ ਲੱਗਾ ਆਪਾਂ ਨੂੰ ਬਹੁਤ ਜ਼ਿਆਦਾ ਬਹੁਤ ਮੁਸ਼ਕਿਲ ਪਰ ਇੰਨੀ ਗੱਲ ਵੀ ਆਪਾਂ ਨੂੰ ਪਹਿਲੀ ਵਾਰ ਪਤਾ ਲੱਗਾ ਵੀ ਕਿੰਨੇ ਸ਼ਾਇਰ ਨੇ ਮਿਲਿਆ ਅੱਜ ਇੰਨੇ ਰੋਮੈਂਟਿਕ ਬੰਦੇ ਪੰਜਾਬੀ ਮੈਨੂੰ ਪਤਾ ਨਹੀਂ ਬਹੁਤ ਵਧੀਆ ਲੱਗਿਆ ਚਲੋ ਅਨਾਊਂਸ ਕਰੀਏ ਤੇ ਡਰਮ ਰੋਲ ਤਾਂ ਤੁਸੀਂ ਸ਼ੁਰੂ ਤੁਰਤ ਕਰੀ ਕਿ ਮੈਂ ਤੋਂ ਤੁਰਤ ਕਰ and the winners are okay chalo ek ek boliye haan theek hai number 1 main id bol rahi hu rishi.alka.718 congratulations ji mohabbat raas nahi aundi kam dilya te kainat wah ਤੁਸੀਂ ਤਾਂ ਕਮਲਾ ਕਰ ਦਿੱਤਾ ਕਾਇਨਾਤ ਦੇ ਸਭ ਸ਼ਾਇਰਾਂ ਕੀ ਬਾਤ ਹੈ ਕੀ ਬਾਤ ਹੈ ਬੋਤਨ ਮੈਂ ਸਭ ਹਾਂਜੀ ਹਾਂਜੀ ਰਿਸ਼ੀ ਜੀ ਰਿਸ਼ੀ ਜੀ ਹੁਣ ਜੰਗੀ ਜੀ ਬੋਤਨ ਰਿਸ਼ੀ ਜੀ ਨੂੰ ਬਹੁਤ ਬਹੁਤ ਵਧਾਈਆਂ ਤੇ ਆ ਕੀ ਸ਼ਾਇਰੀ ਲਿਖੀ ਹੈ ਜੀ ਮੈਂ ਪੜ੍ਹ ਰਿਹਾ ਹੁਣ ਇਹਦੀ ਆਈਡੀ ਮੈਂ ਪਹਿਲਾਂ ਮੈਂਸ਼ਨ ਕਰ ਦਿੰਦਾ ਬਾਈ ਦੀ ਆਮ AAM ਇਹਨੂੰ ਕੀ ਕਹਿੰਦੇ ਰੰਡੀ ਜੀ ਅੰਡਰਸਕੋਰ ਆਮ ਅੰਡਰਸਕੋਰ ਜਿਹਾ ਆਮ ਜਿਹਾ ਆਮ ਜਿਹਾ ਲਿਖਦੇ ਨੇ ਮੁਹੱਬਤ ਰਾਸ ਨਹੀਂ ਆਉਂਦੀ ਕੰਮ ਦਿਲਿਆਂ ਤੇ ਕਾਇਰਾਂ ਨੂੰ ਮੁਹੱਬਤ ਰਾਸ ਨਹੀਂ ਆਉਂਦੀ ਕੰਮ ਦਿਲਿਆਂ ਤੇ ਕਾਇਰਾਂ ਨੂੰ ਜੇ ਰਾਤ ਨੂੰ ਗਰਮੀ ਲੱਗੇ ਤਾਂ ਕੰਬਲ ਚ ਬਾਹਰ ਕੱਢ ਲਓ ਪੈਰਾਂ ਨੂੰ ਕੀ ਬਾਤ ਹੈ ਵਾਹ ਕੀ ਬਾਤ ਹੈ ਕੀ ਬਾਤ ਹੈ ਇਸ ਸ਼ਾਇਰ ਨੂੰ ਅਸੀਂ ਸਿਲੈਕਟ ਕੀਤਾ ਹੈ ਇਹਨੂੰ ਵਿਨਰ ਹਾਂ ਜੀ ਜਿਆ ਜੀ ਓਕੇ ਨੈਕਸਟ ਹਰਿੰਦਰ ਰੈਬਲ ਅਫੀਸ਼ੀਅਲ ਤੁਹਾਨੂੰ ਮੈਂ ਜਾਣਦੀ ਹਾਂ ਤੁਸੀਂ ਵੀ ਟੀਮ ਦੇ ਹੋ ਚਲੋ ਇਹ ਟੀਮ ਵਾਲੇ ਇਹ ਚਲ ਮੈਂ ਦੇਖਿਆ ਨਹੀਂ ਸੀ ਪਹਿਲਾਂ ਪਰ ਫਿਰ ਵੀ ਬਣਦਾ ਹੈ ਤੁਹਾਡਾ ਇਨਾਮ ਤੁਸੀਂ ਬਹੁਤ ਵਧੀਆ ਲਿਖਿਆ ਮੁਹੱਬਤ ਰਾਸ ਨਹੀਂ ਆਉਂਦੀ ਕੰਮ ਦਿਲਿਆਂ ਤੇ ਕਾਇਰਾਂ ਨੂੰ ਜਿਨ੍ਹਾਂ ਨੂੰ ਪਿੰਡ 'ਚ ਪਿਆਰ ਨਹੀਂ ਮਿਲਦਾ ਨਿਕਲ ਆਉਂਦੇ ਨੇ ਸ਼ਹਿਰਾਂ ਨੂੰ ਵਾਹ ਕੀ ਬਾਤ ਹੈ ਕੀ ਬਾਤ ਹੈ ਅਗਲਾ ਜਿਹੜਾ ਮੈਂ ਪੜ੍ਹ ਰਿਹਾ ਹੈਗਾ ਇਟਸ ਫਿਰ ਅੰਡਰਸਕੋਰ ਪਰਵੀ 77 ਅਸੀਂ ਮੈਂਸ਼ਨ ਵੀ ਕਰ ਦਾਂਗੇ ਇਟਸ ਅੰਡਰਸਕੋਰ ਪਰਵੀ PARVII 77 ਇਹ ਲਿਖਦੇ ਨੇ ਮੁਹੱਬਤ ਰਾਸ ਨਹੀਂ ਆਉਂਦੀ ਕੰਮ ਦਿਲਿਆਂ ਤੇ ਕਾਇਰਾਂ ਨੂੰ ਮੁਹੱਬਤ ਰਾਸ ਨਹੀਂ ਆਉਂਦੀ ਕੰਮ ਦਿਲਿਆਂ ਤੇ ਕਾਇਰਾਂ ਨੂੰ ਜਦ ਹੋ ਜਾਂਦੀ ਹੈ ਮੁਹੱਬਤ ਇਹ ਸੱਚੀ ਆਪਣਾ ਬਣਾ ਦਿੰਦੀ ਹੈ ਗਹਿਰਾ ਕਿਆ ਡੈਫਟ ਚ ਲਿਖਿਆ ਕਿੰਨਾ ਸੋਹਣਾ ਲਿਖਿਆ ਕਿਆ ਬਾਤ ਹੈ ਓਕੇ ਨੈਕਸਟ ਮੈਂ ਅੱਛਾ Rajveer.official1 ਕੰਗ੍ਰੈਚੁਲੇਸ਼ਨਸ ਮੁਹੱਬਤ ਰਾਸ ਨਹੀਂ ਆਉਂਦੀ ਕੰਮ ਦਿਲਿਆਂ ਤੇ ਕਾਇਰਾਂ ਨੂੰ ਆਪਣਿਆਂ ਨੂੰ ਭਾਵੇਂ ਲੱਖਾਂ ਦੇ ਦਿਓ ਪਰ ਉਧਾਰ ਨਾ ਦਿਓ ਕਦੇ ਗਹਿਰਾ ਕਿਆ ਬਾਤ ਹੈ ਇਹ ਕੋਈ ਇਹ ਮਤਲਬ ਤੁਸੀਂ ਬਹੁਤ ਆਧਾਰ ਦਿੱਤਾ ਹੋਇਆ ਅਸੀਂ ਇਹ ਵੀ ਕਾਮਨਾ ਕਰਦੇ ਤੁਹਾਡਾ ਆਧਾਰ ਵੀ ਮੁੜੇ ਤੇ ਚਲੋ ਅਸੀਂ ਤਾਂ ਤੁਹਾਨੂੰ ਜੋ ਦੇਣਾ ਉਹ ਦੇਣੇ ਲੈਣਾ ਤੇ ਮੈਂ ਪੜ੍ਹਦਾ ਜੀ ਕੋ ਲੱਭ ਕੇ ਦੇ ਆਹਾ ਸਰਦਾਰਾਂ ਅੰਡਰਸਕੋਰ ਦੀ ਧੀ ਅੱਛਾ ਸਰਦਾਰਾਂ ਦੀ ਧੀ ਸਰਦਾਰਾਂ ਦੀ ਧੀ 3399 ਇਹ ਲਿਖਦੇ ਨੇ ਮੁਹੱਬਤ ਰਾਸ ਨਹੀਂ ਆਉਂਦੀ ਕੰਮ ਦਿਲਿਆਂ ਤੇ ਕਾਇਰਾਂ ਨੂੰ ਬੜੀ ਜਾਨ ਨਾਲ ਲਿਖਿਆ ਇਹਨਾਂ ਨੇ ਮੁਹੱਬਤ ਰਾਸ ਨਹੀਂ ਆਉਂਦੀ ਕੰਮ ਦਿਲਿਆਂ ਤੇ ਕਾਇਰਾਂ ਨੂੰ ਦਰਜੀ ਜਿੰਨਾ ਮਰਜ਼ੀ ਮਹਿੰਗਾ ਹੋਵੇ ਪਲਾਜੋ ਨਹੀਂ ਬਣਾ ਸਕਦਾ ਸਲਵਾਰਾਂ ਨੂੰ ਆ ਤੁਸੀਂ ਜਿਹੜਾ ਆ ਜਿਹੜਾ ਤੁਸੀਂ ਜਿਹੜਾ ਵੀਡੀਓ ਸੁਣਨ ਵਾਲੀ ਮਸ਼ੀਨ ਤੇ ਬਹਿ ਕੇ ਸ਼ੇਅਰ ਲਿਖਿਆ ਨਾ ਸਾਨੂੰ ਬਹੁਤ ਵਧੀਆ ਲੱਗਿਆ ਉਹ
ਗੋਡ ਮੈਨੂੰ ਲੱਗਦਾ ਮੈਂ ਆਇਕ ਥੋੜਾ ਜਿਹਾ ਡੈਪਥ ਵਾਲਾ ਆਇਆ ਆਈ ਆਰਮੀ ਬੋਏ ਅੰਡਰਸਕੋਰ ਕੰਗ੍ਰੈਚੁਲੇਸ਼ਨ ਜੀ ਜਿਹਨੇ ਪਾਕ ਮੁਹੱਬਤ ਕੀਤੀ ਉਹ ਪੀ ਗਏ ਹੱਸ ਹੱਸ ਚਿਹਰਾ ਮਤਲਬ ਅੱਗੇ ਤਾਂ ਉਹੀ ਸੀ ਜਿਹੜਾ ਢਿੱਲੋ ਅੰਡਰਸਕੋਰ ਵਿਜੇ 16 ਸਪਟੰਬਰ ਢਿੱਲੋ ਅੰਡਰਸਕੋਰ ਵਿਜੇ 16 ਸਪਟੰਬਰ ਜੀ ਲਿਖਦੇ ਨੇ ਬਹੁਤ ਸੋਹਣਾ ਲਿਖਿਆ ਹੈ ਮੈਨੂੰ ਵਧੀਆ ਲੱਗਿਆ ਬਾਈ ਤੁਹਾਡਾ ਕੰਟੈਂਟ ਮੁਸਲਿਮ ਹਿੰਦੂ ਸਿੱਖ ਈਸਾਈ ਸਾਰੇ ਆਪਾਂ ਭਾਈ ਭਾਈ ਕੱਢ ਦਿਓ ਮਨ ਚੋਂ ਵੈਰਾਂ ਨੂੰ ਨੀਰੂ ਬਾਜਵਾ ਵਾਂਗੂ ਹੱਸਦੇ ਰਹੀਏ ਤੇ ਮੰਗੀਏ ਸਾਡੀਆਂ ਅਰੇ ਵਾਹ ਵਾਹ ਕੀ ਬਾਤ ਹੈ ਥੈਂਕ ਯੂ ਜੀ ਸੋ ਮਚ ਤੇ ਇਹ ਓਕੇ ਆਈ ਐਮ ਦੀਪ ਦਿਲਦਾਰ ਮੁਹੱਬਤ ਰਾਸ ਨਹੀਂ ਆਉਂਦੀ ਕਮ ਦਿਲਿਆਂ ਤੇ ਕਾਇਰਾਂ ਨੂੰ 10 ਕੰਡਿਆਂ ਵਾਲੀ ਚਾਂਜਰ ਕਦ ਕੋਈ ਪਾਉਂਦਾ ਪੈਰਾਂ ਨੂੰ ਸਾਡੀ ਕੀ ਔਕਾਤ ਇਸ਼ਕ ਦੀ ਈੜੀ ਪੜ ਲਈਏ ਜੇ ਬਿਨਾਂ ਸਮੁੰਦਰ ਜੀ ਬਿਨਾਂ ਸਮੁੰਦਰ ਕੌਣ ਹੌਸਲਾ ਦੇ ਦੂ ਲਹਿਰਾਂ ਕੀ ਬਾਤ ਬਹੁਤ ਸੋਹਣਾ ਲਿਖਿਆ ਵੀਰੇ ਆਦੀ ਬਾਈ ਨੇ ਸੱਚੀ ਸੋਹਣਾ ਲਿਖਿਆ ਵੀਰੇ ਨੇ ਵਧੀਆ ਲਿਖਿਆ ਹੁਣ ਆਪਣੇ ਵੈਸੇ ਤਾਂ ਮਤਲਬ ਦੱਸ ਪੂਰੀ ਨਹੀਂ ਹਾਂ ਪਰ ਇੱਕ ਹੋਰ ਮੈਨੂੰ ਬਹੁਤ ਵਧੀਆ ਲੱਗਿਆ ਇੱਕ ਹੋਰ ਲਾਸਟ ਓਕੇ ਇਹ ਕੌਰ ਪਲਕ ਅਫੀਸ਼ਲ ਓਕੇ ਨਿਮਰਤ ਜੀ ਟੈਗ ਕਰਾਂਗੀ ਤੁਹਾਨੂੰ ਮੁਹੱਬਤ ਰਾਸ ਨਹੀਂ ਆਉਂਦੀ ਕਮ ਦਿਲਿਆਂ ਤੇ ਸ਼ਾਇਰਾਂ ਨੂੰ ਇਤਨੀ ਸ਼ਾਇਰਾਂ ਨੂੰ ਲੱਗਿਆ ਕਾਇਰਾਂ ਮੁਹੱਬਤ ਰਾਸ ਨਹੀਂ ਆਉਂਦੀ ਕਮ ਦਿਲਿਆਂ ਤੇ ਕਾਇਰਾਂ ਨੂੰ ਜੇ ਕਿਤੇ ਅਖਾੜਾ ਲੱਗਿਆ ਤਾਂ ਬੁਲਾਵਾਂਗੇ ਨਿਮਰਤ ਖਹਿਰਾ ਨੂੰ ਵੈਰੀ ਗੁੱਡ ਸੋ ਕੰਗ੍ਰੈਚੁਲੇਸ਼ਨਸ ਸਾਰਿਆਂ ਨੂੰ ਅਸੀਂ ਨੀਚੇ ਫਿਰ ਤੁਹਾਡੇ ਉਹ ਨਾਮ ਪੋਸਟ ਕਰ ਦਾਂਗੇ ਐਂਡ ਤੁਹਾਨੂੰ ਟੀਮ ਵੱਲੋਂ ਟਿਕਟਾਂ ਮਿਲਣਗੀਆਂ ਸ਼ਾਇਰ 3 ਡੇਜ਼ ਲੈਫਟ ਸ਼ਾਇਰ ਨਹੀਂ ਉਹ ਤਾਂ ਠੀਕ ਆ ਮੈਮ ਪਰ ਮੈਂ ਜਿੰਨੇ ਲੋਕਾਂ ਦਾ ਪੜ੍ਹ ਰਿਹਾ ਤਾਂ ਕਮੈਂਟ ਬਹੁਤ ਨੇ ਜੀ ਦੱਸਣਾ ਨਹੀਂ ਸਰਨਾ ਆਈ ਨੋ ਐਂ ਮੈਂ ਗਲਤ ਹੋ ਜੂਗਾ ਇਹ ਮੈਂ ਕਹਿੰਦਾ ਵੀ ਆਪਾਂ ਤੁਸੀਂ ਇੱਕ ਹੁਣ ਗੁੱਸਾ ਨਾ ਮੇਰੀ ਗੱਲ ਕਰੋ ਆਪਾਂ ਨੂੰ ਥੋੜ੍ਹਾ ਜਿਹਾ ਔਫਰ ਵਧਾ ਲੈਣਾ ਚਾਹੀਦਾ ਆਪਾਂ ਐਂ ਕਰੀਏ ਦਸ ਬੰਦੇ ਹੋਰ ਕਰ ਦਈਏ ਕਿਉਂਕਿ ਜਿੰਨਾ ਸੋਹਣਾ ਲਿਖ ਰਹੇ ਨੇ ਜਿੰਨਾ ਵਧੀਆ ਲਿਖ ਰਹੇ ਨੇ ਇੰਨਾ ਕੁ ਤਾਂ ਆਪਾਂ ਨੂੰ ਵੀ ਬਣਦਾ ਹੀ ਆ ਸੋ ਤੁਸੀਂ ਅਨਾਊਂਸ ਕਰੋ ਪਰ ਥੋੜ੍ਹਾ ਜਿਹਾ ਨਾ ਆਪਾਂ ਮੈਨੂੰ ਲੱਗਦਾ ਆਪਾਂ ਜਿੰਨਾ ਕੁ ਜਿੰਨਾ ਸੋਹਣਾ ਉਹਨਾਂ ਨੇ ਲਿਖਿਆ ਜਿੰਨੇ ਕੁ ਜੋਗੇ ਸੀ ਆਪਾਂ ਪੜ੍ਹਤਾ ਮੈਂ ਤਾਂ ਐਂ ਰਹਿਣਾ ਜੇ ਸੋਹਣਾ ਲਿਖ ਸਕਦੇ ਫਨੀ ਵੀ ਸੋਹਣੇ ਹੁੰਦਾ ਹਾਸਿਆ ਵੀ ਸੋਹਣੇ ਹੁੰਦਾ ਚੰਗਾ ਵੀ ਸੋਹਣਾ ਹੁੰਦਾ ਜਗਦੀਪ ਜੀ ਨੂੰ ਟੈਗ ਕਰੋ ਸਰਤਾਜ ਜੀ ਨੂੰ ਟੈਗ ਕਰੋ ਐਂਡ ਜੋ ਸਾਨੂੰ ਸਭ ਤੋਂ ਬੈਸਟ ਲੱਗੇ ਅਸੀਂ ਉਹ ਸ਼ੇਅਰ ਕਰਾਂਗੇ ਸਾਡੀ ਸਟੋਰੀ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਲਿਖਦੇ ਰਹੋ ਖੁਸ਼ ਰਹੋ ਲਵ ਯੂ ਆਲ ਸ਼ਾਇਰ April 19 ਸਤਿ ਸ਼੍ਰੀ ਅਕਾਲ ਅੱਛਾ ਕਿਆ ਬੋਲੂ ਬਾਈ ਬੋਲ ਕੱਟ ਕਰ ਦੋ ਕੱਟ ਕਰ ਦੋ ਓਕੇ ਬਾਈ ਬੋਲਾ ਬਾਈ ਬਾਈ ਮੈਂ ਦੇਖ ਰਿਹਾ ਹਾਂ ਹਾਂ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਸਾਰਿਆਂ ਨੂੰ ਹਾਂ ਬਾਈ ਚਲੋ ਸਤਿ ਸ਼੍ਰੀ ਅਕਾਲ